ਮਸ਼ਹੂਰ ਪੰਜਾਬੀ ਗਾਇਕ ਸਿੰਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਦਿੱਲੀ ਪੁਲਿਸ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਦੀ ਬੜਾਰ ਸਮੇਤ ਦਰਜਨ ਤੋਂ ਵੱਧ ਅਪਰਾਧੀਆਂ ਖਿਲਾਫ ਯੂਏਪੀਏ ਦੇ ਤਾ 下 ਕੇਸ ਦਰਜ ਕੀਤਾ ਹੈ ਦਿੱਲੀ ਪੁਲਿਸ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਤੇ ਗੋਲਦੀ ਬੜਾਰ ਸਮੇਤ ਦਿੱਲੀ ਤੇ ਪੰਜਾਬ ਦੇ ਵੱਨਾਬ ਗੈਂਗਸਟਰ ਖਿਲਾਫ ਯੂਏਪੀਏ ਤਹਿਤ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੁਹਾਨੂੰ ਦੱਸ ਦਈਏ ਲਾਰੈਂਸ ਬਿਸ਼ਨੋਈ ਤੇ ਗੋਲਦੀ ਬੜਾਰ ਸਿੰਧੂ ਮੂਸੇਵਾਲਾ ਕਤਲ ਕਾਂਡ ਕੇਸ ਵਿੱਚ ਦੋਸ਼ੀ ਹਨ ਤੁਹਾਨੂੰ ਦੱਸ ਦਈਏ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਸਚਿਨ ਥਾਪਨ ਅਜਰਬਾਈਜਾਨ ਚੋਕ ਗ੍ਰਿਫਤਾਰ ਕੀਤਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਦੇ ਅਹਿਮ ਮੈਂਬਰ ਸਚਿਨ ਬਿਸ਼ਨੋਈ ਥਾਪਨ ਨੂੰ ਅਜਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪਰ ਇਹਦੇ ਵਿਦੇਸ਼ ਮੰਤਰਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਮੁਤਾਬਕ ਸਚਿਨ ਹੀ ਉਹ ਵਿਅਕਤੀ ਹੈ ਜਿਸ ਨੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਉਸ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਤੇ ਪੂਰੀ ਲੌਜਿਸਟਿਕਸ ਸਪੋਰਟ ਦਿੱਤੀ ਸੀ ਥਾਪਨ ਨੇ ਸਿੱਧੂ ਮੂਸੇਵਾਲਾ ਕਤਲकांड ਦੀ ਜ਼ਿੰਮੇਵਾਰੀ ਵੀ ਲਈ ਸੀ ਪੰਜਾਬੀ ਗਾਇਕ ਦੀ ਹੱਤਿਆ ਤੋਂ ਪਹਿਲਾਂ ਦੋਵੇਂ ਗੈਂਗਸਟਰ ਫਰਜੀ ਪਾਸਪੋਰਟ ਤੋਂ ਵਿਦੇਸ਼ ਫਰਾਰ ਹੋ ਗਏ ਸਨ ਮੂਸੇਵਾਲਾ ਦੀ ਹੱਤਿਆ ਮਾਮਲੇ 'ਚ ਪੰਜਾਬ ਪੁਲਿਸ ਨੂੰ ਦੋ ਮੁਲਜ਼ਮਾਂ ਦੇ ਵਿਦੇਸ਼ ਚ ਟਿਕਾਣਿਆਂ ਦੀ ਸੂਚੀ ਮਿਲੀ ਸੀ ਤੁਹਾਨੂੰ ਦੱਸ ਦਈਏ ਇਸ ਕਤਲੇਆਮ ਤੋਂ ਕਰੀਬ 1 ਮਹੀਨਾ ਪਹਿਲਾਂ ਹੀ 21 ਅਪ੍ਰੈਲ ਤੋਂ ਬਾਅਦ ਇਸ ਫਰਜੀ ਪਾਸਪੋਰਟ 'ਤੇ ਸਚਿਨ ਦੁਬਈ ਭੱਜ ਗਿਆ ਸੀ ਫਿਰ ਉੱਥੋਂ ਅਜ਼ਰਬਾਇਜਾਨ ਚਲਾ ਗਿਆ ਤੁਹਾਨੂੰ ਦੱਸ ਦਈਏ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਂਸਾ ਦੀ ਅਦਾਲਤ ਵਿੱਚ ਪੁਲਿਸ ਨੇ ਚਾਰਜਸ਼ੀਟ ਪੇਸ਼ ਕੀਤੀ ਸੀ ਇਹ ਚਾਰਸ਼ੀਟ 1850 ਪੰਨਿਆਂ ਦੀ ਸੀ ਜਿਸ ਵਿੱਚ 34 ਮੁਲਜ਼ਮਾ ਦਾ ਨਾਮਜ਼ਦ ਕੀਤਾ ਗਿਆ ਸੀ ਪੁਲਿਸ ਦੇ ਪੱਕੇ ਸੂਤਰਾਂ ਅਨੁਸਾਰ ਇਨ੍ਹਾਂ ਮੁਲਜ਼ਮਾ ਵਿੱਚ ਵਿਦੇਸ਼ ਬੈਠੇ ਚਾਰ ਗੈਂਗਸਟਰ ਵੀ ਸ਼ਾਮਿਲ ਸਨ ਇਸ ਪੂਰੇ ਮਾਮਲੇ 'ਚ ਵਿਦੇਸ਼ ਬੈਠੇ ਚਾਰ ਗੈਂਗਸਟਰ ਜਿਨ੍ਹਾਂ ਚ 골ਡੀ ਬਰਾੜ, ਅਨਮੋਲ, ਸਚਿਨ, ਲਿਪਿੰਨ ਨਹਿਰਾ ਸ਼ਾਮਿਲ ਹਨ ਉਹਨਾਂ ਦਾ ਨਾਂ ਵੀ ਲਿੱਤਾ ਗਿਆ ਹੈ ਸਿੱਧੂ ਕਤਲ ਕੇਸ ਗਵਾਹਾਂ ਦੀ ਗਿਣਤੀ ਹੁਣ 122 ਦੇ ਕਰੀਬ ਹੈ ਚਾਰਚੀਟ ਟਵੀਟ ਦੱਸਿਆ ਗਿਆ ਹੈ ਕਿ ਇਸ ਮਾਮਲੇ ਚਿਤ ਬੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੋ ਦੋਸ਼ੀਆਂ ਦਾ ਇੰਕਾਊਂਟਰ ਹੋ ਚੁੱਕਿਆ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੇਸ ਨਿਤ ਨਵੇਂ ਮੋੜ ਲੈ ਰਿਹਾ ਹੈ ਸ਼ੁਰੂਆਤ ਵਿੱਚ ਇਸ ਨੂੰ ਗੈਂਗਸਟਰਾਂ ਵੱਲੋਂ ਕੀਤਾ ਗਿਆ ਕਤਲ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ਦੇ ਤਰ ਮਿਊਜ਼ਿਕ ਇੰਡਸਟਰੀ ਦੇ ਨਾਲ ਵੀ ਜੁੜਦੇ ਦਿਖਾਈ ਦੇ ਰਹੇ ਹਨ ਪੁਲਿਸ ਵੱਲੋਂ 뮤직 ਇੰਡਸਟਰੀ ਨਾਲ ਜੁੜੀਆਂ ਦੋ ਹਸਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਮਸ਼ਹੂਰ ਹਸਤੀਆਂ ਹੋਣ ਕਰਕੇ ਪੁਲਿਸ ਹਲੇ ਇਹਨਾਂ ਗਾਇਕਾ ਦਾ ਨਾਂ ਉਜਾਗਰ ਨਹੀਂ ਕਰ ਰਹੀ ਸੂਤਰਾਂ ਮੁਤਾਬਕ ਇਸ ਕੇਸ ਬਾਰੇ ਹੁਣ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਪੁਲਿਸ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਤੇ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਕਿਹਾ ਕਿ ਦਿੱਲੀ ਤੇ ਪੰਜਾਬ ਤੋਂ ਦੋ ਵੱਡੇ ਗੈਂਗਸਟਰ ਦੇ ਕਈ ਗੈਂਗਸਟਰਾਂ ਦੇ ਖਿਲਾਫ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜੋ ਕਿ ਅਤਵਾਦ ਤੇ ਅਪਰਾਧ ਦੇ ਸਮਾਨਾਰਥੀ ਬਣ ਗਏ ਹਨ ਲਾਰੈਂਸ ਬਿਸ਼ਨੋਈ ਗੈਂਗ ਤੇ ਬੰਬੀਆ ਨੀਰਜ ਬਵਾਨਾ ਗੈਂਗ ਦੇ ਦਰਜਨ ਪਰ ਗੈਂਗਸਟਰਾਂ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਧਿਕਾਰੀਆਂ ਨੇ ਦੱਸਿਆ ਕਿ ਕੇਸ ਵਿੱਚ ਲਾਰੈਂਸ ਬਿਸ਼ਨੋਈ, ਜਗੂ ਭਗਵਾਨ ਪੂਰੀਆ, ਸਤਵਿੰਦਰ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ, ਲਿਪਿੰਨ ਨੇਹਰਾ ਸਮੇਤ ਦਰਜਨ ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਮਲੋਟ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰੀਤੀ ਮੁਖੀਜਾ ਦੀ ਅਦਾਲਤ ਦੇ ਲਾਰੈਂਸ ਬਿਸ਼ਨੋਈ ਨੂੰ ਕਤਲ ਦੀ ਕੋਸ਼ਿਸ਼ ਦਾ ਇੱਕ ਹੋਰ ਕੇਸ 10 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਸੀ।